ਮੇਰਾ ਨਾਮ ਸੁਖ ਦਿਆਲਪੁਰੀਆ ਵੀਰ ਮੇਰਾ ਗੁਰਪ੍ਰੀਤ ਆ ਆਪਾਂ ਅਕਸਰ ਹੀ ਅਖਬਾਰਾਂ ਵਿੱਚ ਪੜ੍ਹਦੇ ਹਾਂ ਜਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਜਾਂ ਆਪਣੇ ਨਜ਼ਦੀਕ ਕਿਸੇ ਪਿੰਡ ਗ੍ਰਾਹ ਦੇ ਵਿੱਚ ਖਬਰ ਸੁਣਦੇ ਹਾਂ ਕਿ ਕਿਸੇ ਭੈਣ ਦੇ ਨਾਲ ਜਾਂ ਕਿਸੇ ਧੀ ਦੇ ਨਾਲ ਅਣਹੋਣੀ ਹੋ ਜਾਂਦੀ ਹੈ ਇਸ ਚੀਜ਼ ਦਾ ਰੋਸ ਪ੍ਰਗਟ ਕਰਨ ਲਈ ਲੋਕ ਮੋਮਬੱਤੀਆਂ ਕੈਂਡਲਾਂ ਜਾਂ ਝੰਡੀਆਂ ਦੇ ਨਾਲ ਰੋਸ ਪ੍ਰਗਟ ਕਰਦੇ ਨੇ ਪਰ ਇੱਕ ਪੀੜਤ ਧੀ ਦੀ ਭੈਣ ਦੀ ਦਿਲ ਦੀ ਗੱਲ ਨੂੰ ਮੈਂ ਅਤੇ ਮੇਰਾ ਵੀਰ ਬਿਆਨ ਕਰਨ ਜਾ ਰਿਹਾ ਜੇ ਵਧੀਆ ਲੱਗਾ ਤਾਂ ਸ਼ੇਅਰ ਅਤੇ ਸਪੋਰਟ ਜ਼ਰੂਰ ਕਰਿਓ ਸਾੜ ਸਾੜ ਕੈਂਡਲਾ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਦੇਖ ਲਓ ਸਾੜ ਸਾੜ ਕੈਂਡਲਾ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਵੇਖ ਲਓ ਧੀਆਂ ਭੈਣਾਂ ਦੀਆਂ ਲੋਕੋ ਇੱਜ਼ਤਾਂ ਬਚਾਉਣੀਆਂ ਜੇ ਧੀਆਂ ਭੈਣਾਂ ਦੀਆਂ ਲੋਕੋ ਇੱਜ਼ਤਾਂ ਬਚਾਉਣੀਆਂ ਤਾਂ ਚੱਕ ਕੇ ਸਟੈਪੀ ਵੀ ਦੇਖ ਲਓ ਸਾੜ ਸਾੜ ਕੈਂਡਲਾ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਦੇਖ ਲਓ ਸਾੜ ਸਾੜ ਕੈਂਡਲਾ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਦੇਖ ਲਓ ਭਾਵੇਂ ਉਹ ਮੇਰੇ ਨਿਆਣੀ ਗੱਲ ਕਰਾਂ ਮੈਂ ਸਿਆਣੀ ਹੁਣ ਜਾਗ ਸਰਕਾਰੇ ਸਿਰੋਂ ਲੰਘ ਗਿਆ ਪਾਣੀ ਭਾਵੇਂ ਉਹ ਮੇਰੇ ਨਿਆਣੀ ਗੱਲ ਕਰਾਂ ਮੈਂ ਸਿਆਣੀ ਹੁਣ ਜਾਗ ਸਰਕਾਰੇ ਸਿਰੋਂ ਲੰਘ ਗਿਆ ਪਾਣੀ ਪੀੜਤਾਂ ਦੇ ਕਾਲਜੇ 'ਚ ਠੰਡ ਪੈ ਜਾਊ ਇੱਕ ਸਾੜ ਕੇ ਬਲਾਤਕਾਰੀ ਸੇਕ ਲਓ ਸਾੜ ਸਾੜ ਕੈਂਡਲਾਂ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਵੇਖ ਲਓ ਸਾੜ ਸਾੜ ਕੈਂਡਲਾਂ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਵੇਖ ਲਓ ਨਿੱਤ ਪੜੇ ਅਖਬਾਰਾਂ ਵਿੱਚ ਥੱਕ ਗਿਆ ਹੁਣ ਕੁਝ ਸੋਚ ਸਰਕਾਰੇ ਸੱਚੀ ਅੱਕ ਗਿਆ ਹੁਣ ਉਹ ਨਿੱਤ ਪੜੇ ਅਖਬਾਰਾਂ ਵਿੱਚ ਥੱਕ ਗਿਆ ਹੁਣ ਕੁਝ ਸੋਚ ਸਰਕਾਰੇ ਸੱਚੀ ਅੱਕ ਗਿਆ ਹੁਣ ਆਖੇ ਸੁੱਖ ਦਿਆਲਪੁਰੀਆ ਤਾਂ ਸੱਚੀਆਂ ਲੱਗੇ ਝੂਠੇ ਅਜਮਾ ਕੇ ਦੇਖ ਲਓ ਸਾੜ ਸਾੜ ਕੈਂਡਲਾਂ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਦੇਖ ਲਓ ਸਾੜ ਸਾੜ ਕੈਂਡਲਾਂ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਦੇਖ ਲਓ ਧੀਆਂ ਭੈਣਾਂ ਦੀਆਂ ਲੋਕੋ ਇੱਜ਼ਤਾਂ ਬਚਾਉਣੀਆਂ ਧੀਆਂ ਭੈਣਾਂ ਦੀਆਂ ਲੋਕੋ ਇੱਜ਼ਤਾਂ ਬਚਾਉਣੀਆਂ ਚੱਕ ਕੇ ਸਟੈਪ ਇਹ ਵੀ ਦੇਖ ਲਓ ਸਾੜ ਸਾੜ ਕੈਂਡਲਾਂ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਦੇਖ ਲਓ ਸਾੜ ਸਾੜ ਕੈਂਡਲਾਂ ਤਾਂ ਬਣਿਆ ਨੀ ਕੁਝ ਇੱਕ ਸਾੜ ਕੇ ਬਲਾਤਕਾਰੀ ਦੇਖ ਲਓ